ਸਸਿਕਾ ਫਰੈਂਡਸ ਮੈਂ ਮਨਜੀਤ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਪੰਜਾਬੀ ਕੁਕਿੰਗ ਚੈਨਲ ਦੇ ਵਿੱਚ। ਅੱਜ ਦੀ ਜਿਹੜੀ ਵੀਡੀਓ ਆ ਇਹਦੇ ਵਿੱਚ ਆਪਾਂ ਸਮੋਸੇ ਬਣਾਵਾਂਗੇ ਤਾਂ ਸਮੋਸੇ ਜਿਹੜੇ ਆਪਾਂ ਦੋ ਤਰੀਕੇ ਦੇ ਬਣਾਉਣੇ ਆ ਇੱਕ ਚੀਜ਼ ਸਮੋਸਾ ਤੇ ਇੱਕ ਆਲੂ ਪਨੀਰ ਦਾ ਸਮੋਸਾ ਤੇ ਇਹ ਵੀ ਰਿਕੁਐਸਟਡ ਵੀਡੀਓ ਆ ਤੇ ਇਹਨਾਂ ਨੂੰ ਬਣਾਉਣ ਲਈ ਜੋ ਜੋ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਆ ਉਹਨਾਂ ਨੂੰ ਆਪਾਂ ਇੱਕ ਵਾਰੀ ਦੇਖ ਲੈਂਦੇ ਹਾਂ। ਸਮੋਸੇ ਬਣਾਉਣ ਦੇ ਲਈ ਆਪਾਂ 250 ਗ੍ਰਾਮ ਜਿਹੜਾ ਆ ਆਟਾ ਮੈਦਾ ਲਿਆ ਆ ਤੇ ਇਸ ਤੇ ਇਹਦੇ ਵਿੱਚ ਆਪਾਂ ਜਿਹੜਾ ਆ ਇਹ ਡਾਲਡਾ ਘਿਓ ਪਾਉਣਾ ਆ। ਜਿੰਨਾ ਆਪਾਂ ਮੈਦਾ ਲੈਣਾ ਆ ਉਹਦਾ ਚੌਥਾ ਹਿੱਸਾ ਭਾਗ ਜਿਹੜਾ ਆ ਆਪਾਂ ਇਹਦੇ ਵਿੱਚ ਘਿਓ ਪਾਉਣਾ ਆ ਤੇ ਇਹਦੇ ਨਾਲ ਕੀ ਹੁੰਦਾ ਕਿ ਤੁਸੀਂ ਰਿਫਾਇੰਡ ਪਾ ਕੇ ਵੀ ਇਹਨੂੰ ਇਹਦੇ ਵਿੱਚ ਮਿਕਸ ਕਰ ਸਕਦੇ ਹੋ ਪਰ ਜੇ ਅਸੀਂ ਡਾਲਡਾ ਘਿਓ ਜਿਹੜਾ ਪਾ ਕੇ ਆਪਾਂ ਮਿਕਸ ਕਰੀਏ ਤਾਂ ਇਹਨੂੰ ਗੁੰਨੀਏ ਤੇ ਫਿਰ ਉਹਦੇ ਨਾਲ ਕੀ ਹੁੰਦਾ ਜਿਹੜੇ ਸਮੋਸੇ ਆ ਸਾਡੇ ਬਹੁਤ ਹੀ ਜਿਹੜੇ ਕ੍ਰਿਸਪੀ ਬਣਦੇ ਆ ਵਧੀਆ ਬਣਦੇ ਆ ਤੇ ਜਿਹੜੇ ਹਲਵਾਈ ਹੁੰਦੇ ਆ ਉਹ 1 ਕਿਲੋ ਮੈਦੇ ਦੇ ਵਿੱਚ 300 ਗ੍ਰਾਮ ਜਿਹੜਾ ਆ ਘਿਓ ਜਿਹੜਾ ਆ ਪਾਉਂਦੇ ਆ ਤੇ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰ ਲਾਂਗੇ। ਅੱਧਾ ਚਮਚਾ ਜਿਹੜਾ ਆਪਾਂ ਅਜਵਾਇਣ ਲਈ ਆ ਤੇ ਅੱਧਾ ਛੋਟਾ ਚਮਚਾ ਜਿਹੜਾ ਆਪਾਂ ਇਹਦੇ ਵਿੱਚ ਨਮਕ ਪਾਵਾਂਗੇ ਤੇ 1 ਕੱਪ ਆਪਾਂ ਪਾਣੀ ਲਿਆ ਆ। ਪਾਣੀ ਆਪਾਂ ਬਿਲਕੁਲ ਠੰਡਾ ਲਿਆ ਆ। ਠੰਡੇ ਪਾਣੀ ਦੇ ਨਾਲ ਆਪਾਂ ਆਟੇ ਨੂੰ ਜਿਹੜਾ ਗੁੰਨਣਾ ਆ ਤੇ ਪਾਣੀ ਕਿੰਨਾ ਆਪਾਂ ਇਹਦੇ ਵਿੱਚ ਲੈਣਾ ਆ ਉਹ ਮੈਂ ਤੁਹਾਨੂੰ ਉਸ ਟਾਈਮ ਦੱਸੂਗੀ ਕਿ ਕਿੰਨਾ ਆਪਾਂ ਪਾਣੀ ਜਿਹੜਾ ਪਾਈ ਆ ਮੈਦੇ ਦੇ ਵਿੱਚ ਆਪਾਂ ਪਾਇਆ ਆ। ਧਨੀਆ ਆ ਤੇ ਹਰੇ ਮਟਰ ਲਏ ਨੇ। ਹਰੇ ਮਟਰ ਜਿਹੜੇ ਆ ਤੁਸੀਂ ਲੈਣੇ ਆ ਉਹਨੂੰ ਉਬਾਲ ਲੈਣਾ ਆ ਪਹਿਲਾਂ ਕਿਉਂਕਿ ਨਹੀਂ ਫਿਰ ਕੀ ਹੁੰਦਾ ਕਿ ਕੱਚੇ ਰਹਿ ਜਾਂਦੇ ਆ ਮਟਰ ਤੇ ਜਿਹੜਾ ਪਨੀਰ ਆ ਉਹਨੂੰ ਬਰੀਕ ਕੱਟਿਆ ਆ। ਹਰੀ ਮਿਰਚ ਤੇ ਅੱਧਾ ਨਿੰਬੂ ਆਪਾਂ ਪਾਵਾਂਗੇ ਤੇ ਚਾਟ ਮਸਾਲਾ ਲਿਆ ਅੱਧਾ ਚਮਚਾ ਤੇ ਮੋਜ਼ਰੇਲਾ ਚੀਜ਼ ਜਿਹੜਾ ਆ ਇਹ ਤੇ ਹੁਣ ਸਭ ਤੋਂ ਪਹਿਲਾਂ ਜਿਹੜਾ ਆਟਾ ਆ ਉਹਨੂੰ ਗੁੰਨ ਕੇ ਆਪਾਂ ਤਿਆਰ ਕਰ ਲੈਣਾ ਆ। ਇਹਦੇ ਵਿੱਚ ਪਹਿਲਾਂ ਆਪਾਂ ਅੱਧਾ ਕੁ ਚਮਚਾ ਜਿਹੜਾ ਆ ਨਮਕ ਦਾ ਪਾਉਣਾ ਆ ਤੇ ਜਿਹੜੀ ਅਜਵਾਇਣ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਹੱਥਾਂ ਦੇ ਉੱਤੇ ਇਹਦਾ ਮਸਲ ਕੇ ਫੇਰ ਪਾਉਣਾ ਆ। ਮਿਲਾ ਲੈਣਾ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਦੇ ਨਾਲ ਤੇ ਜਿਹੜਾ 70 ਗ੍ਰਾਮ ਆਪਾਂ ਘਿਓ ਲਿਆ ਡਾਲਡਾ ਘਿਓ ਇਹ ਜਿਹੜਾ ਘਿਓ ਆਪਾਂ ਇਹਦੇ ਵਿੱਚ ਪਾ ਦੇਣਾ ਤੇ ਘਿਓ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਇਹਦੇ ਵਿੱਚ ਮਿਲਾਉਣਾ ਆ ਇਸ ਤਰੀਕੇ ਦੇ ਨਾਲ। ਘਿਓ ਜਿਹੜਾ ਆ ਸਾਡਾ ਚੰਗੀ ਤਰੀਕੇ ਦੇ ਨਾਲ ਆਟੇ ਚ ਮਿਕਸ ਹੋ ਗਿਆ। ਆਪਾਂ ਇਹਨੂੰ ਏਦਾਂ ਤੁਸੀਂ ਏਦਾਂ ਫੜ ਕੇ ਦੇਖਣਾ ਆ ਏਦਾਂ ਇਸ ਤਰੀਕੇ ਦੇ ਨਾਲ ਜਿਹੜਾ ਸਾਡਾ ਮੈਦਾ ਆ ਉਹ ਇਕੱਠਾ ਹੋਣਾ ਚਾਹੀਦਾ ਆ। ਜਦੋਂ ਇਹ ਇਸ ਤਰੀਕੇ ਦੇ ਨਾਲ ਇਕੱਠਾ ਹੋਣ ਲੱਗ ਜਾਵੇ ਫਿਰ ਘਿਓ ਜਿਹੜਾ ਤੁਹਾਡਾ ਮੈਦੇ ਦੇ ਵਿੱਚ ਚੰਗੀ ਤਰ੍ਹਾਂ ਮਿਲ ਗਿਆ ਆ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਥੋੜਾ ਪਾਣੀ ਕਰਕੇ ਇਹਨੂੰ ਗੁੰਨ ਲੈਣਾ ਆ ਤੇ ਇੱਕ ਚੀਜ਼ ਦਾ ਧਿਆਨ ਰੱਖਣਾ ਆ ਕਿ ਜਿਹੜਾ ਆਪਾਂ ਸਮੋਸਿਆਂ ਦੇ ਲਈ ਆਟਾ ਗੁੰਨਦੇ ਆ ਉਹਦਾ ਉਹ ਬਹੁਤ ਜ਼ਿਆਦਾ ਟਾਈਟ ਹੋਣਾ ਚਾਹੀਦਾ, ਸਖਤ ਹੋਣਾ ਚਾਹੀਦਾ ਆ ਕਿਉਂਕਿ ਜਿੰਨਾ ਆਟਾ ਜਿਹੜਾ ਸਾਡਾ ਸਖਤ ਹੋਊਗਾ ਓਨੇ ਹੀ ਜਿਹੜੇ ਸਾਡੇ ਸਮੋਸੇ ਆ ਵਧੀਆ ਬਣ ਕੇ ਤਿਆਰ ਹੋਊਗੇ। ਆਟਾ ਜਿਹੜਾ ਸਾਡਾ ਗੁੰਨ ਕੇ ਤਿਆਰ ਆ। 1 ਕੱਪ ਆਪਾਂ ਪਾਣੀ ਲਿਆ ਸੀ ਤੇ ਜਿਹੜਾ ਇੰਨਾ ਕੁ ਪਾਣੀ ਆਪਣਾ ਬਚਿਆ ਆ ਹੁਣ ਆਪਾਂ ਕੀ ਕਰਨਾ ਆ ਗਿੱਲਾ ਇਹਦਾ ਪੋਣਾ ਆਪਾਂ ਲੈ ਲੈਣਾ, ਕੋਈ ਵੀ ਤੁਸੀਂ ਕੱਪੜਾ ਲੈ ਲੈਣਾ ਆ ਉਹਦੇ ਵਿੱਚ ਇਹਨੂੰ ਲਪੇਟ ਕੇ 15-20 ਮਿੰਟ ਵਾਸਤੇ ਇਸੇ ਤਰੀਕੇ ਦੇ ਨਾਲ ਛੱਡ ਦੇਣਾ ਆ ਤੇ ਉਦੋਂ ਤੱਕ ਆਪਾਂ ਇਹਨੂੰ ਆਟੇ ਨੂੰ ਰੱਖ ਦਿੰਦੇ ਆ ਤੇ ਜਿਹੜੀ ਇਹਦੇ ਲਈ ਆਪਾਂ ਸਟਫਿੰਗ ਤਿਆਰ ਕਰਨੀ ਆ ਉਹ ਆਪਾਂ ਬਣਾ ਕੇ ਤਿਆਰ ਕਰ ਲੈਂਦੇ ਆ। ਕੜਾਈ ਜਿਹੜੀ ਆ ਆਪਾਂ ਰੱਖ ਦੇਣੀ ਆ ਉੱਤੇ ਤੇ ਜਿਹੜੀ ਆਪਾਂ ਇਹਦੇ ਲਈ ਸਟਫਿੰਗ ਬਣਾਉਣੀ ਆ ਉਹ ਬਣਾ ਕੇ ਆਪਾਂ ਤਿਆਰ ਕਰ ਲੈਣੀ ਆ। ਜਿਹੜਾ ਸਰੋਂ ਦਾ ਤੇਲ ਆਪਾਂ ਇਹਦੇ ਵਿੱਚ 1 ਚਮਚਾ ਜਿਹੜਾ ਪਾ ਦੇਣਾ ਆ ਤੇ ਇਹਨੂੰ ਆਪਾਂ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਆ। ਜਦੋਂ ਤੱਕ ਜਿਹੜਾ ਸਾਡਾ ਤੇਲ ਗਰਮ ਹੁੰਦਾ ਪਿਆ ਆਪਾਂ ਜਿਹੜੇ ਆਲੂ ਆ ਇਹ ਆਪਾਂ ਛਿੱਲ ਕੇ ਤਿਆਰ ਕਰ ਲੈਣੇ ਆ। ਇੱਕ ਚੀਜ਼ ਤੁਹਾਨੂੰ ਇੱਥੇ ਹੋਰ ਦੱਸਣੀ ਆ ਕਿ ਜਦੋਂ ਤੁਸੀਂ ਸਮੋਸੇ ਬਣਾਉਣੇ ਆ ਇਹ ਆਲੂਆਂ ਨੂੰ ਉਬਾਲ ਲੈਣਾ ਆ। ਆਲੂ ਉਬਾਲਣ ਤੋਂ ਬਾਅਦ 2 ਘੰਟੇ ਤੁਸੀਂ ਉਹਨੂੰ ਫਰਿੱਜ ਦੇ ਵਿੱਚ ਠੰਡੇ ਹੋਣ ਲਈ ਰੱਖ ਦੇਣਾ ਆ ਤੇ ਉਹਦਾ ਛਿਲਕਾ ਨਹੀਂ ਉਤਾਰਨਾ। ਜਦੋਂ 2 ਘੰਟੇ ਤੱਕ ਉਹ ਫਰਿੱਜ 'ਚ ਪਏ ਰਹਿਣ ਚੰਗੇ ਤਰੀਕੇ ਦੇ ਨਾਲ ਠੰਡੇ ਹੋ ਜਾਣ ਆਲੂ ਫੇਰ ਜਿਹੜਾ ਉਹਦਾ ਛਿਲਕਾ ਉਤਾਰਨਾ ਆ ਤੁਸੀਂ। ਹੁਣ ਇਹਨਾਂ ਨੂੰ ਮੈਂ ਫਰਿੱਜ 'ਚੋਂ ਕੱਢਿਆ ਆ ਤੇ ਕੱਢ ਕੇ ਹੁਣ ਆਪਾਂ ਇਹਦੇ ਜਿਹੜੇ ਆ ਛਿਲਕੇ ਉਤਾਰ ਕੇ ਇਹਨਾਂ ਨੂੰ ਹੱਥਾਂ ਦੇ ਨਾਲ ਹੀ ਆਪਾਂ ਜਿਹੜਾ ਮੋਟਾ ਮੋਟਾ ਤੋੜ ਲੈਣਾ ਆ। ਛਿੱਲਣ ਤੋਂ ਬਾਅਦ ਆਪਾਂ ਇਹਨਾਂ ਨੂੰ ਹੱਥਾਂ ਨਾਲ ਏਦਾਂ ਮੋਟੇ ਮੋਟੇ ਏਦਾਂ ਤੋੜਨਾ ਆ। ਜਿਹੜੇ ਸਮੋਸਿਆਂ ਦੇ ਵਿੱਚ ਆਲੂ ਪਾਏ ਜਾਂਦੇ ਆ ਉਹਨਾਂ ਨੂੰ ਹੱਥ ਦੇ ਨਾਲ ਹੀ ਇਸ ਤਰੀਕੇ ਦੇ ਨਾਲ ਤੋੜਿਆ ਜਾਂਦਾ ਆ ਤੇ ਤੁਸੀਂ ਇਹਨਾਂ ਨੂੰ ਹੱਥ ਦੇ ਨਾਲ ਹੀ ਤੋੜਨਾ ਆ ਤੇ ਕੱਦੂਕਸ ਨਹੀਂ ਇਹਨਾਂ ਨੂੰ ਕਰਨਾ ਨਾ ਹੀ ਆਪਾਂ ਇਹਨਾਂ ਨੂੰ ਕੁੰਡੇ ਦੇ ਵਿੱਚ ਕੁੱਟਣਾ ਆ। ਤੇਲ ਸਾਡਾ ਗਰਮ ਹੋ ਗਿਆ, ਜੀਰਾ ਪਾ ਲਾਂਗੇ ਆਪਾਂ ਅੱਧਾ ਚਮਚਾ ਜਿਹੜਾ ਲਿਆ ਸੀ। ਜੀਰੇ ਨੂੰ ਭੁੰਨ ਲਾਂਗੇ ਤੇ ਨਾਲ ਹੀ ਜਿਹੜੇ ਹਰੇ ਮਟਰ ਆ ਪਾਓ ਪਾ ਦੇਣੇ ਆ। ਹੁਣ ਆਪਾਂ ਇਹਦੇ ਵਿੱਚ ਪਾਉਣਾ ਆ ਨਮਕ, ਨਮਕ ਜਿਹੜਾ ਤੁਸੀਂ ਸਵਾਦ ਦੇ ਹਿਸਾਬ ਨਾਲ ਪਾਉਣਾ ਆ। ਥੋੜੀ ਜਿਹੀ ਆਪਾਂ ਇਹਦੇ ਵਿੱਚ ਪਾਣੀ ਆ ਲਾਲ ਮਿਰਚ ਅੱਧਾ ਚਮਚਾ ਤੇ 1 ਜਿਹੜੀ ਹਰੀ ਮਿਰਚ ਕੱਟੀ ਹੋਈ ਆ ਉਹ ਵੀ ਪਾ ਦੇਣੀ ਆ। ਚਾਟ ਮਸਾਲਾ ਇਹ ਪਾ ਦਾਂਗੇ। ਆਲੂ ਪਾ ਦੇਣੇ ਹੁਣ ਆਪਾਂ ਇਹਦੇ ਵਿੱਚ।
ਫਿਰ ਆਪਾਂ ਇਹਨੂੰ ਮਿਲਾ ਲੈਣਾ ਆ ਤੇ ਨਾਲ ਹੀ ਆਪਾਂ ਇਹਨੂੰ ਥੋੜਾ ਥੋੜਾ ਜਿੱਦਾਂ ਜਿੱਦਾਂ ਵੀ ਆਪਾਂ ਨੂੰ ਮੋਟੇ ਆਲੂ ਦਿਖੂਗੇ ਆਪਾਂ ਉਹਨਾਂ ਨੂੰ ਨਾਲ ਦੀ ਨਾਲ ਸੇਈ ਜਾਣਾ ਆ। ਤੇ ਇੱਕ ਚੀਜ਼ ਹੋਰ ਮੈਂ ਇੱਥੇ ਜਿਹੜੇ ਆਪਣੇ ਹਲਦੀ ਨਹੀਂ ਪਾਈ ਕਿਉਂਕਿ ਸਮੋਸਿਆਂ ਦੇ ਵਿੱਚ ਹਲਦੀ ਵਧੀਆ ਨਹੀਂ ਲੱਗਦੀ। ਕਈ ਵਾਰ ਹਲਦੀ ਪਾਉਂਦੇ ਆ, ਜੇ ਤੁਸੀਂ ਹਲਦੀ ਪਾਉਣਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਥੇ ਹਲਦੀ ਪਾ ਸਕਦੇ ਹੋ ਆਲੂ ਪਾਉਣ ਤੋਂ ਪਹਿਲਾਂ। ਹੁਣ ਆਪਾਂ ਇਹਦੇ ਵਿੱਚ ਜਿਹੜਾ ਕੱਟਿਆ ਹੋਇਆ ਪਨੀਰ ਆ ਉਹ ਪਾ ਦੇਣਾ ਹੈ। ਪਨੀਰ ਨੂੰ ਤੁਸੀਂ ਇਸੇ ਤਰੀਕੇ ਨਾਲ ਬਰੀਕ ਹੀ ਕੱਟਣਾ ਹੈ ਤੇ ਨਾਲ ਹੀ ਆਪਾਂ ਇਹਦੇ ਵਿੱਚ ਹਰਾ ਧਨੀਆ ਹੀ ਪਾ ਲਾਂਗੇ। ਇਹਨਾਂ ਨੂੰ ਆਪਾਂ ਮਿਲਾ ਕੇ ਥੱਲੇ ਤਾਰ ਲੈਣਾ ਹੈ। ਅੱਧਾ ਕੁ ਮਿੰਟ ਬਸ ਆਪਾਂ ਇਹਨਾਂ ਨੂੰ ਭੁੰਨਣਾ ਹੈ ਇਸ ਤਰੀਕੇ ਨਾਲ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਠੰਡੇ ਹੋਣ ਲਈ ਰੱਖ ਦਾਂਗੇ ਪਲੇਟ 'ਚ ਪਾ ਕੇ ਤੇ ਬਾਕੀ ਜਿਹੜਾ ਸਾਡਾ ਆਟਾ ਹੈ ਗੁੰਨੇ ਹੋਏ ਆਪਾਂ ਉਹਨੂੰ ਚੈੱਕ ਕਰ ਲੈਣਾ ਹੈ ਤੇ ਆਪਾਂ ਜਿਹੜੇ ਉਹਨੂੰ ਰੋਟੀ ਦੇ ਵਾਂਗੂ ਵੇਲ ਕੇ ਪੂੜੀਆਂ ਵਾਂਗੂ ਉਹਨੂੰ ਤਿਆਰ ਕਰ ਲੈਣਾ। ਸਫਿੰਗ ਜਿਹੜੀ ਸਾਡੀ ਬਣ ਕੇ ਤਿਆਰ ਆ। ਹੁਣ ਅਖੀਰ ਦੇ ਵਿੱਚ ਆਪਾਂ ਅੱਧਾ ਨਿੰਬੂ ਜਿਹੜਾ ਆ ਇਹਦੇ ਵਿੱਚ ਨਿਚੋੜ ਦੇਣਾ ਹੈ। ਨਿੰਬੂ ਦੀ ਜਗ੍ਹਾ ਤੁਸੀਂ ਉਹ ਆਮਚੂਰ ਦਾ ਪਾਊਡਰ ਹੁੰਦਾ ਆ ਉਹ ਵੀ ਲੈ ਸਕਦੇ ਹੋ ਤੇ ਨਿੰਬੂ ਦੇ ਜਿਹੜੇ ਬੀ ਆ ਉਹ ਚੰਗੀ ਤਰ੍ਹਾਂ ਪਹਿਲਾਂ ਕੱਢ ਲੈਣੇ ਆ ਤੇ ਹੁਣ ਇਹਨੂੰ ਆਪਾਂ ਮਿਲਾ ਕੇ ਹੁਣ ਇਹਨੂੰ ਥੱਲੇ ਤਾਰ ਲੈਂਦੇ ਹਾਂ। ਮਸਾਲਾ ਜਿਹੜਾ ਇੱਥੇ ਆਪਾਂ ਇਹਦੇ ਪਲੇਟ 'ਚ ਪਾ ਕੇ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਹਾਂ ਤੇ ਆਟੇ ਨੂੰ ਆਪਾਂ ਚੈੱਕ ਕਰ ਲੈਂਦੇ ਹਾਂ। ਆਟਾ ਜਿਹੜਾ ਆ ਸਾਡਾ ਤਿਆਰ ਆ ਤੇ ਹੁਣ ਆਪਾਂ ਆਟੇ ਨੂੰ ਇੱਕ ਵਾਰੀ ਪਹਿਲਾਂ ਤਾਂ ਚੰਗੀ ਤਰ੍ਹਾਂ ਮਲ ਲੈਣਾ ਆ। ਆਟੇ ਨੂੰ ਆਪਾਂ ਦੋ ਹਿੱਸਿਆਂ 'ਚ ਅੱਧਾ ਕਰ ਲੈਂਦੇ ਹਾਂ ਤੇ ਜਿੰਨੇ ਕੁ ਆਪਾਂ ਰੋਟੀ ਦੇ ਵਾਸਤੇ ਆਪਾਂ ਆਟਾ ਲੈਂਦੇ ਹਾਂ ਉਹਨਾਂ ਕੁ ਆਟਾ ਜਿਹੜਾ ਆ ਆਪਾਂ ਇੱਦਾਂ ਤੋੜ ਲੈਣਾ ਆ ਤੇ ਇੱਕ ਇੱਕ ਪੇੜਾ ਆਪਾਂ ਚੱਕੀ ਜਾਣਾ ਆ ਤੇ ਆਟੇ ਨੂੰ ਆਪਾਂ ਜਿਹੜਾ ਢੱਕ ਕੇ ਰੱਖ ਦੇਣਾ ਆ। ਚਕਲੇ ਤੇ ਪਹਿਲਾਂ ਆਪਾਂ ਥੋੜਾ ਜਿਹੜਾ ਚਕਲੇ ਵੇਲਣੇ ਤੇ ਤੇਲ ਲਾ ਲੈਣਾ ਆ। ਤੇ ਇਹਨੂੰ ਆਪਾਂ ਜਿੱਦਾਂ ਰੋਟੀ ਵੇਲਦੇ ਹਾਂ ਉਸ ਤਰੀਕੇ ਨਾਲ ਆਪਾਂ ਵੇਲ ਲੈਣਾ ਆ। ਸਾਰੇ ਜਿਹੜੇ ਹੈਗੇ ਆ ਆਪਣੇ ਜਿੰਨੇ ਵੀ ਆਪਣੇ ਪੇੜੇ ਆਪਾਂ ਕੀਤੇ ਆ ਉਹ ਆਪਾਂ ਇਸੇ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਪਹਿਲਾਂ ਸਾਰਿਆਂ ਨੂੰ ਆਪਾਂ ਤਿਆਰ ਕਰ ਲੈਣਾ ਆ। ਉਸ ਤੋਂ ਬਾਅਦ ਆਪਾਂ ਜਿਹੜੇ ਸਮੋਸੇ ਭਰਨੇ ਸ਼ੁਰੂ ਕਰਾਂਗੇ। ਸਾਰੇ ਜਿਹੜੇ ਪੇੜੇ ਆ ਆਪਾਂ ਵੇਲ ਕੇ ਤਿਆਰ ਕਰ ਲਏ ਆ ਤੇ ਸਟਫਿੰਗ ਵੀ ਜਿਹੜੀ ਸਾਡੀ ਠੰਡੀ ਹੋ ਗਈ ਆ। ਹੁਣ ਆਪਾਂ ਕੀ ਕਰਨਾ ਆ ਇਹਨੂੰ ਆਪਾਂ ਇਹਦਾ ਵਿੱਚੋਂ ਦੀ ਕੱਟਣਾ ਆ। ਇਸ ਤਰੀਕੇ ਦੇ ਨਾਲ ਕੱਟ ਕੇ ਪਾਣੀ ਲਾਣਾ ਆ ਆਪਾਂ। ਪਾਣੀ ਦੇ ਨਾਲ ਕੀ ਹੁੰਦਾ ਆ ਕਿ ਸਮੋਸੇ ਜਿਹੜੇ ਆ ਸਾਡੇ ਖੁੱਲਦੇ ਨਹੀਂ। ਇਸ ਤਰੀਕੇ ਨਾਲ ਆਪਾਂ ਇਹਨੂੰ ਏਦਾਂ ਫੜਨਾ ਆ ਤੇ ਆਹ ਜਿਹੜੀ ਇਹਦੀ ਨੁੱਕਰ ਆ ਇਹਨੂੰ ਆਪਾਂ ਏਦਾਂ ਦੱਬਣਾ ਆ ਤੇ ਚੰਗੇ ਤਰੀਕੇ ਨਾਲ ਇੱਥੋਂ ਆਪਾਂ ਏਦਾਂ ਦੱਬਦੇ ਰਹਿਣਾ ਆ। ਚੰਗੀ ਤਰ੍ਹਾਂ ਆਪਾਂ ਇਹਨੂੰ ਬੰਦ ਕਰਕੇ ਤੇ ਇਹਦੇ ਵਿੱਚ ਆਪਾਂ ਜਿਹੜੇ ਆ ਆਲੂ ਭਰਨੇ ਆ। ਆਲੂ ਆਪਾਂ ਜਿਹੜੇ ਆ ਜ਼ਿਆਦਾ ਨਹੀਂ ਭਰਨੇ ਤਾਂ ਕਿ ਜਿਹੜੇ ਸਟਫਿੰਗ ਆਪਣੀ ਬਾਹਰ ਨਾ ਨਿਕਲੇ। ਥੋੜਾ ਥੋੜਾ ਆਪਾਂ ਇਹਨੂੰ ਏਦਾਂ ਦੱਬ ਦੇਣਾ ਆ ਹੱਥ ਦੇ ਨਾਲ ਤੇ ਫਿਰ ਇਹਦੇ ਏਦਾਂ ਚਾਰੇ ਪਾਸੇ ਆਪਾਂ ਪਾਣੀ ਲਾਣਾ ਆ ਤੇ ਪਾਣੀ ਲਾ ਕੇ ਆਪਾਂ ਇਹਨੂੰ ਇਸ ਤਰੀਕੇ ਦੇ ਨਾਲ ਹੱਥ ਦੇ ਨਾਲ ਚੰਗੇ ਤਰੀਕੇ ਦੇ ਨਾਲ ਇਹਦਾ ਦਬਾ ਲੈਣਾ ਆ। ਆਹ ਦੇਖੋ ਇਸ ਤਰੀਕੇ ਦਾ ਤੇ ਮੋਜ਼ਰੇਲਾ ਚੀਜ਼ ਜਿਹੜਾ ਆ ਉਹ ਵੀ ਆਪਾਂ ਕੱਦੂਕਸ ਕਰ ਲਿਆ ਆ ਤੇ ਇਹਦੇ ਵੀ ਆਪਾਂ ਜਿਹੜੇ ਸਮੋਸੇ ਆ ਨਾਲ ਹੀ ਬਣਾ ਲੈਣੇ। ਪਹਿਲਾਂ ਆਪਾਂ ਸਾਰੀਆਂ ਮੈਂ ਸ਼ੀਟਾਂ ਕੱਟ ਕੇ ਤੇ ਫਿਰ ਮੈਂ ਤੁਹਾਨੂੰ ਇੱਕ ਦੋ ਸਮੋਸੇ ਜਿਹੜੇ ਆ ਹੋਰ ਇਸੇ ਤਰੀਕੇ ਨਾਲ ਬਣਾ ਕੇ ਦਿਖਾਉਂਗੀ। ਇਹਨੂੰ ਵੀ ਆਪਾਂ ਏਦਾਂ ਥੋੜਾ ਜਿਹਾ ਵੇਲ ਲੈਣਾ ਆ ਜੇ ਤੁਹਾਨੂੰ ਲੱਗੇ ਕਿ ਥੋੜਾ ਜਿਹਾ ਮੋਟਾ ਆ। ਪਾਣੀ ਲਾਵਾਂਗੇ ਆਪਾਂ ਇਹਦੇ ਉੱਪਰ। ਪਾਣੀ ਲਾ ਕੇ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਫੜਨਾ ਆ ਤੇ ਇੱਥੋਂ ਆਪਾਂ ਪਹਿਲਾਂ ਨੁੱਕਰ ਇਹਦੀ ਜਿਹੜੀ ਦੱਬਣੀ ਆ ਚੰਗੇ ਤਰੀਕੇ ਨਾਲ ਤਾਂ ਕਿ ਖੁੱਲੇ ਨਾ। ਪਾਣੀ ਜਦੋਂ ਲਾ ਕੇ ਤੁਸੀਂ ਏਦਾਂ ਇਹਨੂੰ ਦੱਬਦੇ ਹੋ ਤਾਂ ਫਿਰ ਇਹ ਜਿਹੜਾ ਤੁਹਾਡਾ ਸਮੋਸਾ ਹੈ ਕਦੇ ਵੀ ਨਹੀਂ ਖੁੱਲੂਗਾ ਤੇ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਆਲੂ ਜਿਹੜੇ ਸਾਡੇ ਬਾਹਰ ਨਹੀਂ ਨਿਕਲੂਗੇ। ਆਲੂ ਭਰ ਕੇ ਥੋੜਾ ਜਿਹਾ ਆਪਾਂ ਇਹਨੂੰ ਦੱਬਣਾ ਆ ਆਲੂਆਂ ਨੂੰ ਫਿਰ ਇਹਦੇ ਆਲੇ ਦੁਆਲੇ ਇਸ ਤਰੀਕੇ ਨਾਲ ਆਪਾਂ ਲਾਣਾ ਪਾਣੀ। ਪਾਣੀ ਲਾ ਕੇ ਇਹਨੂੰ ਆਪਾਂ ਅੰਗੂਠੇ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਦੱਬ ਦੇਣਾ ਆ। ਆਹ ਦੇਖੋ ਥੋੜੇ ਆਪਾਂ ਆਲੂ ਕੱਢੇ ਆ। ਆਲੂਆਂ ਦੇ ਵਿੱਚ ਜਿਹੜਾ ਆਪਾਂ ਕੱਦੂਕਸ ਕੀਤਾ ਹੋਇਆ ਜਿਹੜਾ ਚੀਜ਼ ਆ ਉਹ ਚੰਗੇ ਤਰੀਕੇ ਨਾਲ ਪਹਿਲਾਂ ਆਪਾਂ ਇਹਨੂੰ ਮਿਲਾ ਲੈਣਾ ਆ। ਪਾਣੀ ਲਾਵਾਂਗੇ ਆਪਾਂ ਇਹਦੇ ਉੱਪਰ।
चीज आली जड़ी स्टफिंग आ आपां इहदे विच भरनी आ। थोड़ा जिहा दबांगे इहनूं, सारे पासे दा पानी ला के इहनूं आपां इस तरीके नाल दब देना आ। ते बाकी जिहड़े साडे समोसे आ इस तरीके दे नाल आपां तैयार कर लैणे आ। ते जिहड़ा आपां तेल लिया आ सरों दा तेल जिहड़ा आ समोसे तलण लई उह वी गर्म होण लई रख देना आ। समोसे जिहड़े आ साडे बण के सारे तैयार आ। तेल भी जिहड़ा आपां सरों दा गर्म करवाउण लई रख दित्ता आ। ते हुण इहनां नूं आपां तल लैणा आ। तुसीं देख सकदे हो कि जिहड़े चार समोसे आपां उहदे मोज़रेला चीज़ भर के बणाए आ ते बाकी जिहड़े आपां सारे इह बणा दित्ते आ। तिन पंद्रह समोसे जिहड़े आ, पंद्रह सोलह समोसे जिहड़े आ पाइया मैदे दे विच बण के तैयार हो जांदे आ। बाकी जे तुसीं थोड़े वड्डे बनाओगे तां फिर थोड़े घट बनूंगे। पहला जिहड़ा असीं तेल आ उहनूं चैक करना आ। तेल साडा बहुत ज्यादा गर्म नहीं होना चाहीदा, आपां थोड़ा जिहा तां मैदा पा के चैक करना आ। जिदां हुण इहने बुलबुले छड्डणे शुरू कर दित्ते आ, जे एकदम आपां इहदे विच पा दे मैदा ते एकदम इह उपर आ जांदा उठ के, फिर तुसीं जिहड़ा समोसे उस टाइम नहीं सी पाणे, क्योंकि सानूं तेल जिहड़ा आ मीडियम जिहा जिहड़ा गर्म चाहीदा आ। जिन्ना कि हुण तुसीं देखिआ कि आपां इहदे विच मैदा पाया पर उह एकदम उठ के उपर नहीं आया, सिर्फ बुलबुले छड्डणे शुरू कीते। इहदा मतलब आ कि साडा तेल जिहड़ा आ तैयार आ समोसे पाण लई। हुण आपां इहदे विच समोसे पा के ते इहनां नूं आपां हुण तल लैणा आ। ते जिन्ने समोसे एक वारी कड़ाही दे विच आउगे उन्ने आपां पा लैणे आ। एक पासिओं जिदां जिदां आपणे समोसे जिहड़े आ सिकदे जाउगे आपां इहनां नूं पलटदे जाणा आ। ते दूसरी गल, बहुत ज्यादा तेज अग दे उत्ते तुसीं इहनां नूं नहीं तलना, मतलब मीडियम जी जिहड़ा सेक आ उह होणा चाहीदा आ, क्योंकि इह पूरे तरीके नाल आपां इहनां नूं अंदरों सेकणा आ। नहीं तां फिर की होऊगा कि इह उपरों सिक जूगे ते अंदरों जिहड़े आ फिर उह कच्चे रहि जूगे, ते फिर जिदां क्रिस्पी जे जिदां आपां कहिंदे आ कि कुरकुरे होणे चाहीदे आ समोसे, उह चीज़ नहीं फिर आपणी बण के तैयार होणी। ते हुण आपां इहनां नूं चंगे तरीके नाल सेक लैणा आ। समोसे जिहड़े आ साडे सेक के दोनों पासिओं तैयार ने, ते आपां इहनां नूं प्लेट कढ लैणा आ। ते जिहड़े दूजे समोसे आ उह वी आपां इसे तरीके दे नाल बणा के तैयार कर लैणे आ। समोसे जिहड़े आ साडे बण के तैयार आ। ਤੁਹਾਨੂੰ ਇੱਕ ਚੀਜ਼ ਮੈਂ ਇੱਥੇ ਦਿਖਾਣੀ, ਆਹ ਦੇਖੋ ਤੁਸੀਂ ਆਹ ਸੁਣ ਸਕਦੇ ਹੋ ਕਿ ਇਹ ਜਿਹੜੇ ਸਮੋਸੇ ਆ ਇਹਨਾਂ ਦੇ ਇੰਨੇ ਕੁ ਜ਼ਿਆਦਾ ਮਤਲਬ ਖਸਤਾ ਬਣੇ ਆ। ਆਹ ਦੇਖੋ ਅੰਦਰੋਂ ਵੀ ਪੂਰੇ ਤਰੀਕੇ ਦੇ ਨਾਲ ਪੱਕੇ ਆ, ਤੇ ਜਿਹੜਾ ਸਾਡਾ ਚੀਜ਼ ਵਾਲਾ ਸਮੋਸਾ ਸੀ ਉਹ ਵੀ ਸਾਡੇ ਵਧੀਆ ਤਰੀਕੇ ਨਾਲ ਬਣੇ ਆ। ਉਹਨੂੰ ਵੀ ਆਪਾਂ ਕੱਟ ਕੇ ਦੇਖ ਲੈਂਦੇ ਆ ਇੱਕ ਵਾਰੀ। ਆਹ ਦੇਖੋ ਸਮੋਸੇ ਸਾਡੇ ਬਣ ਕੇ ਤਿਆਰ ਨੇ। ਇਸੇ ਤਰੀਕੇ ਦੇ ਨਾਲ ਤੁਸੀਂ ਇਹਨਾਂ ਨੂੰ ਬਣਾਉਣਾ ਆ ਤੇ ਖਾਣਾ ਆ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਸ਼ੇਅਰ ਕਰਿਆ ਕਰੋ ਹਰ ਇੱਕ ਵੀਡੀਓ ਨੂੰ ਫੈਮਿਲੀ ਔਰ ਫਰੈਂਡਸ ਨਾਲ। ਇਹਨੂੰ ਤੁਸੀਂ ਟਮਾਟੋ ਸੌਸ, ਹਰੀ ਚਟਨੀ ਕਿਸੇ ਦੇ ਨਾਲ ਵੀ ਬਣਾ ਕੇ ਸਰਵ ਕਰ ਸਕਦੇ ਹੋ। ਇਸੇ ਤਰੀਕੇ ਦੇ ਨਾਲ ਬਣਾਇਓ ਤੇ ਖਾਇਓ। ਜੇ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਦੇ ਨਾਲ ਜੁੜੋ, ਚੈਨਲ ਨੂੰ ਸਪੋਰਟ ਕਰੋ। ਤੁਹਾਡੇ ਸਾਰਿਆਂ ਦੀ ਸਪੋਰਟ ਦੇ ਨਾਲ ਹੀ ਚੈਨਲ ਲੈ ਅੱਗੇ ਜਾਣਾ ਆ। ਤੇ ਚੈਨਲ ਨੂੰ ਜੇ ਪਹਿਲੀ ਵਾਰੀ ਦੇਖ ਰਹੇ ਹੋ ਸਬਸਕ੍ਰਾਈਬ ਕਰੋ ਤੇ ਨਾਲ ਹੀ ਘੰਟੀ ਦਾ ਬਟਨ ਜਿਹੜਾ ਆ ਜਰੂਰ ਦਬਾਇਆ ਕਰੋ। ਉਹਦੇ ਨਾਲ ਕੀ ਹੁੰਦਾ ਕਿ ਅਸੀਂ ਕੋਈ ਵੀ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਤੱਕ ਆਰਾਮ ਨਾਲ ਪਹੁੰਚ ਸਕਦੀ ਆ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।